ਇਹ ਸਾਡਾ ਜਿਹੜਾ ਚਨਾ ਪੁਲਾਵ ਆ ਜਿਹੜਾ ਚਟਨੀ ਵੀ ਬਣਨੀ ਹੈ ਅਤੇ ਇਹਦੇ ਵਾਸਤੇ ਨਾ ਤੁਸੀਂ ਥੋੜ੍ਹਾ ਜਿਹਾ ਪੁਦੀਨਾ ਲੈਣਾ ਜਿਹਨੂੰ ਸਾਡੀ ਜ਼ਬਾਨ 'ਚ ਕੀ ਆਉਂਦੇ ਨੇ ਪੂਦਣਾ ਇਹ ਪੂਦਣਾ ਲੈ ਲਓ ਥੋੜ੍ਹਾ ਜਿਹਾ ਇੰਨਾ ਟਾਈਮ ਨਹੀਂ ਆਉਂਦਾ ਮੇਰੇ ਕੋਲ ਇਹ ਪੂਦਣਾ ਲੈ ਲਿਆ ਫਿਰ ਤੂੰ ਕੀ ਦੱਸੋ ਅੱਛਾ ਤੇ ਕੁਕਿੰਗ ਵਿੱਚ ਫਾਇਦਾ ਤਾਂ ਨਹੀਂ ਹੋ ਰਿਹਾ ਅਲਾ ਜੀ ਇਹ ਟਮਾਟਰ ਇੱਕ ਸਾਡਾ ਟਮਾਟਰ ਲਵੋ ਇਹਨੂੰ ਫਿਰ ਪੁਦੀਨੇ ਦੇ ਨਾਲ ਸਜਾਉਣਾ ਉਹ ਨਾਜ਼ਰੀਨ ਇੱਕ ਸਬਜ਼ ਮਿਰਚ ਬੋਲ ਗਿਆ ਸੀ ਅਤੇ ਕੁਛ ਸਬਜ਼ ਮਿਰਚਾਂ ਵੇਖੋ ਨਾ ਸਾਡੇ ਭਾਂਡੇ 'ਚ ਵੀ ਤਰਦੀਆਂ ਪਈਆਂ ਲਿਆਓ ਉਹਨੂੰ ਉਦੋਂ ਨਾਜ਼ਰੀਨ ਇਹ ਪਾਣੀ ਸੀ ਸਾਡਾ ਅਤੇ ਪਾਣੀ ਵਰਤਣੇ ਪਿਆ ਸੀ ਅਤੇ ਤੁਸੀਂ ਨੈਸਲੇ ਤਾਂ ਪਾਣੀ ਪਾਉਣਾ ਚੌਲਾਂ 'ਚ ਨਹੀਂ ਤਾਂ ਮਤਲਬ ਵਧੀਆ ਕੋਈ ਨਹੀਂ ਜੇ ਬਣਨਾ ਮੈਂ ਤਾਂ ਫਿਰ ਆਖੋ ਤੁਹਾਡੇ ਵਧੀਆ ਬਣਨ ਸਾਡੇ ਨਹੀਂ ਬਣਿਆ ਅਤੇ ਇੰਨੀ ਮਿਹਨਤ ਵੀ ਕੀਤੀ ਅਤੇ ਵੀਡੀਓ ਥੋੜ੍ਹੀ ਲੰਮੀ ਵੀ ਹੋ ਸਕਦੀ ਅਤੇ ਅਸੀਂ ਕੱਟਣੀ ਕੁੱਟਣੀ ਕੋਈ ਨਹੀਂ ਜੇ ਭਾਜੀ ਬਣਦੀ ਪਈ ਅਸੀਂ ਝਾੜ ਛੱਡਣੀ ਸਾਡੇ ਕੋਲ ਐਡੀਟਿੰਗ ਡੂਡੂਟਿੰਗ ਦਾ ਟਾਈਮ ਕੋਈ ਨਹੀਂ ਆਇਆ ਵੀ ਯਾਦ ਰੱਖਿਓ ਅਲੈ ਮਰਚ ਵੀ ਆਉਂਦੀ ਤੁਸਾਂ ਆਪ ਮਰਚ ਪਾ ਲੈਣੀ ਹੈ ਠੀਕ ਹੈ ਨਾਜ਼ਰੀਨ ਗੱਲ ਯਾਦ ਰੱਖਿਓ ਆਹ ਚਟਨੀ ਬਣਾਉਣਾ ਬੜਾ ਜ਼ਰੂਰੀ ਹੈ ਆਹ ਚਟਨੀ ਨਾ ਨਾ ਬਣਾਈ ਤੁਸਾਂ ਅਤੇ ਚਾਵਲ ਕੋਈ ਨਹੀਂ ਜੀ ਸਵਾਦੀ ਲੱਗਣੇ ਇਹ ਕੀ ਹੈ ਜੀ ਲਸਣ ਵੀ ਚਟਨੀ 'ਚ ਫਸੀ ਅਲੱਗ ਪਾ ਲਓ ਚਾਹੀਏ ਠੀਕ ਹੈ ਫਿਰ ਅਤੇ ਐਸਾ ਕੁਕਿੰਗ ਸ਼ੋ ਤੁਹਾਨੂੰ ਦੁਨੀਆ 'ਚ ਨਹੀਂ ਕਿਧਰੇ ਵੇਖਣ ਨੂੰ ਲੱਭਣਾ ਮੈਂ ਤੁਹਾਨੂੰ ਗਰੰਟੀ ਦੇਣਾ ਅਤੇ ਜਿਹੜੇ ਚਾਵਲ ਪਕਣੇ ਨਾ ਉਹ ਤੁਹਾਨੂੰ ਕਿਧਰੇ ਖਾਣੇ ਨਹੀਂ ਲੱਭਣੇ ਕੀ ਖਿਆਲ ਹੈ ਉਹ ਤੁਸੀਂ ਉਹਦਾ ਰੰਗ ਹੀ ਵੇਖ ਕੇ ਆਖਣਾ ਉਹ ਐਸਾ ਤਾਂ ਅਸੀਂ 5-star ਹੋਟਲ 'ਚ ਵੀ ਨਹੀਂ ਖਾਧੇ ਕਦੀ ਅਰੇ ਤੁਸੀਂ ਹੁਣ ਕੀ ਕੀਤਾ ਭਾਂਡੇ 'ਚ ਕੀ ਪਾਇਆ ਪੁਦੀਨਾ ਪਾਇਆ ਤੁਸੀਂ ਥੋੜ੍ਹਾ ਜਿਹਾ ਮਰਚ ਲਸਣ ਪਾ ਛੜਿਆ ਉਰਦੂ 'ਚ ਵੀ ਦੱਸਦਾ ਜਾਵਾਂ ਨਾਜ਼ਰੀਨ ਅਸੀਂ ਇੱਕ ਟਮਾਟਰ ਦਾ ਤਿਆਰੀ ਉਹਨੂੰ ਕੁਝ ਨਹੀਂ ਕੀਤਾ ਇੱਕ ਪਲੇਟ ਕੇ ਅੰਦਰ ਥੋੜ੍ਹਾ ਸਾ ਹਮਨੇ ਪੁਦੀਨਾ ਡਾਲਾ ਸਾਥ ਲਸਣ ਡਾਲ ਦੀ ਔਰ ਮਿਰਚ ਡਾਲ ਕੇ ਰੱਖ ਦੀ ਹੈ ਤਾਂ ਕਿ ਇਨਕੀ ਥੋੜ੍ਹੀ ਦੋਸਤੀ ਹੋ ਜਾਏ ਆਪਸ ਮੈਂ ਉਸਕੇ ਬਾਅਦ ਇੱਕ ਨਜ਼ਰ ਡਾਲਤੇ ਜਾਏ ਆਪਣੇ ਚਨਾ ਪੁਲਾਓ ਕੇ ਉੱਪਰ ਇਸਕੇ ਅੰਦਰ ਜੋ ਚੀਜ਼ਾਂ ਉਬਲ ਰਹੀ ਹੈ ਵੇਖੋ ਨਾ ਚਾਵਲ ਨੱਚਣਾ ਲੱਗ ਪਏ ਨੇ ਵਿੱਚ ਥੋੜ੍ਹੇ ਥੋੜ੍ਹੇ ਨਜ਼ਰ ਆਉਣ ਲੱਗ ਪਏ ਨੇ ਪਾਣੀ ਜਿਹੜਾ ਤੁਹਾਨੂੰ ਅਸੀਂ ਆ ਕੇ ਆਇਆ ਇੱਕ ਕਿੰਚ ਉੱਤਾ ਰੱਖਣਾ ਉਹ ਥੱਲੇ ਹੋਦਾ ਪਿਆ ਅਤੇ ਚੌਲ ਵਿੱਚ ਨੱਚਦੇ ਪਏ ਹਾਂ ਹਾਲਾ ਜੀ ਫਿਰ ਕੀ ਕਰਨ ਦੱਸੋ ਇਹ ਕੀ ਆ ਚਟਨੀ ਨੂੰ ਕਾਂਚ ਪਾਉਣ ਲੱਗੇ ਹੋ ਪਾਣੀ ਪਾਇਆ ਇਹਨੂੰ ਕੀ ਆਉਂਦੇ ਨੇ ਗਰੈਂਡਰ ਪੰਜਾਬੀ 'ਚ ਹਰ ਘਰੇ 'ਚ ਆਉਂਦੀ ਹੈ ਐਂ ਵੀ ਕਿ ਜਦੋਂ ਦੁਬਈਓ ਛੁਬਈਓ ਮੰਗਾਉਣੀ ਪੈਣੀ ਤੁਹਾਡੀ ਚਟਨੀ ਉੱਥੋਂ ਲੂਣ ਜ਼ਰੂਰ ਪਾ ਲਵੇ ਬਜ਼ਾਇਕਾ ਰਹਿ ਜਾਣੀ ਇੱਥੋਂ ਕੋਈ ਆਵਾਜ਼ ਆਉਣ ਲੱਗ ਪਈ ਆ ਅਸੀਂ ਪਰੇਸ਼ਾਨ ਹੋ ਕੇ ਆਏ ਹਾਂ ਵੇਖਣ ਆਪਣੇ ਚੌਲਾਂ ਨੂੰ ਮਾਸ਼ਾ ਅੱਲਾ ਕਿੱਡਾ ਸੋਹਣਾ ਰੰਗ ਹੈ ਅਤੇ ਮਿਰਚਾਂ ਬੜੀਆਂ ਸੋਹਣੀਆਂ ਲੱਗਦੀਆਂ ਪਈਆਂ ਵਿੱਚ ਓਹੋ ਅੱਛਾ ਜੀ ਇਹ ਕੀ ਹੋਣ ਫਿਰ ਪਾਣੀ ਪਾਇਆ ਤੁਸਾਂ ਕਿੰਨਾ ਪਾਇਆ ਤੂੰ ਕਿੰਨੇ ਫਿਰ ਓਵਨ 'ਚ ਰੱਖ ਛੱਡਣਾ ਮੈਂ ਆਖਿਆ ਮੈਂ ਓਵਨ 'ਚ ਰੱਖਣੀ ਹੋਵੇ ਚਟਨੀ ਥੋੜ੍ਹਾ ਗਰਮ ਕਰਕੇ ਤਾਂ ਨਹੀਂ ਖਾਣੀ ਹੈ ਜੀ ਫਿਰ ਉਹ ਸਾਰੀਆਂ ਸ਼ਾਹੀਆਂ ਇਹਦੇ 'ਚ ਪਾ ਕੇ ਅਤੇ ਉਹਦੇ 'ਚ ਚਾਹ ਛੜੀ ਦਹੀਂ ਦੁਹੀਂ ਦੇਣੀ ਪਾਣੀ ਵਿੱਚ ਫਿਰ ਜੀ ਚਟਨੀ ਥੋੜ੍ਹਾ ਜਿਹਾ ਪਾਣੀ ਪਾ ਲਓ ਕੱਟ ਜਾਏ ਬਸ
बड़ी सादी लगती है चौड़ा ना चलो चलिए हमरा ही नहीं हमें कॉल पाई है मतलब समझ जाता है कि पानी इबाइस को